ਆਪਾਂ ਜੀ ਲਾਸਟ ਸੀਕੁਐਂਸ ਕਰ ਰਹੇ ਹਾਂ ਜੀ ਅਤੇ ਆਪਣੇ ਕੋਰੀਓਗ੍ਰਾਫਰ ਸਾਹਿਬ ਮਨੀਸ਼ ਭਾਜੀ। ਹਾਂਜੀ ਮਨੀਸ਼ ਭਾਜੀ, ਕਿਵੇਂ ਰਿਹਾ ਅੱਜ ਦਾ ਸ਼ੂਟ? ਭਾਜੀ ਸ਼ੂਟ ਬਹੁਤ ਬਹੁਤ ਦੌੜਨਾ ਪਿਆ, ਬਹੁਤ ਵਧੀਆ ਸ਼ੂਟ ਕਰ ਰਹੇ ਹਾਂ। ਹੋਪਸ ਹੋ ਕੇ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਏਗਾ। ਹਾਂਜੀ, ਹੁਣ ਆਪਾਂ ਐਂਡਿੰਗ ਸ਼ੂਟ ਕਰ ਰਹੇ ਹਾਂ, ਲਾਸਟ ਸੀਕੁਐਂਸ ਹੈ, ਅਤੇ ਹੁਣ ਜ਼ਿਆਦਾ ਐਕਸਾਈਟਮੈਂਟ ਹੈਗੀ ਹੈ ਕਿਉਂਕਿ ਹੁਣ ਆਪਾਂ ਵਧੀਆ ਸ਼ੂਟ ਕਰਕੇ ਫਟਾਫਟ ਘਰ ਨੂੰ ਜਾਣਾ। ਸੋ ਇਹਦੇ ਵਿੱਚ ਹੀ ਦੋਸਤੋ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ, ਸਾਡੇ ਨਾਲ ਸਿੰਗਰ ਅਰੁਣ ਜੀ ਜਿਨ੍ਹਾਂ ਨੇ ਖੁਦ ਹੀ ਇਹ ਗਾਣਾ ਲਿਖਿਆ ਔਰ ਖੁਦ ਹੀ ਉਹਨਾਂ ਦੀ ਸਟੋਰੀ। ਆ ਜੋ ਪੁੱਛਦੇ ਹਾਂ ਜੀ, ਕਿਆ ਰੀਜ਼ਨ ਸੀਗਾ ਸਟੋਰੀ ਦਾ ਔਰ ਉਹਨਾਂ ਨੇ ਖੁਦ ਗਾਣਾ ਲਿਖਿਆ, ਲਿਰਿਕਸ ਉਹਨਾਂ ਦੇ ਹੈ। ਸੋ ਆ ਜਾਓ। ਹਾਂਜੀ ਅਰੁਣ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਭਾਜੀ। ਵਧੀਆ ਜੀ, ਵਧੀਆ ਜੀ। ਸੋ ਮੈਨੂੰ ਦੱਸੋ, ਮੈਨੂੰ ਲੱਗਿਆ ਪਤਾ ਹੈ ਨਾ ਕਿ ਇਹ ਲਿਰਿਕਸ ਵੀ ਤੁਹਾਡੇ ਹੈ ਔਰ ਖੁਦ ਦੀ ਸਟੋਰੀ ਹੈ, ਲਾਈਕ ਕਿੱਦਾਂ? ਮਤਲਬ ਆ ਜਾਓ ਥੋੜ੍ਹਾ ਜਿਹਾ ਆਪਾਂ ਅੱਗੇ। ਲਾਈਫ ਦੇ ਵਿੱਚ ਜਦੋਂ ਬੰਦੇ ਦੇ ਕੋਈ ਆਉਂਦਾ ਨਾ, ਅਤੇ ਉਸੀ ਲਾਈਫ ਦੀ ਸਟੋਰੀ ਹੈ ਮੇਰੀ, ਅਤੇ ਮੇਰੀ ਖੁਦ ਆਪਣੀ ਸਟੋਰੀ ਹੈ, ਮੇਰਾ ਖੁਦ ਦਾ ਗਾਣਾ, ਮੇਰਾ ਖੁਦ ਦੀ ਜੋ ਵੀ ਇਹਦੇ ਵਿੱਚ ਮੈਂ ਲਿਖਿਆ ਵਾ, ਅਤੇ ਉਹ ਖੁਦ ਦਾ ਹੀ ਹੈ ਮੇਰਾ ਸਭ ਕੁਛ, ਮੇਰੀ ਖੁਦ ਦੀ ਲਾਈਫ ਦੀ ਸਟੋਰੀ ਆ, ਅਤੇ ਇਸ ਕਰਕੇ ਤੂੰ ਹੀ ਮੇਰਾ ਦਿਲ, ਤੂੰ ਹੀ ਮੇਰੀ ਜਾਨ, ਉਹਨੂੰ ਅਸੀਂ ਇੱਦਾਂ ਦਿਆ। ਕੁਛ ਮੈਨੂੰ ਇਹ ਚੀਜ਼ ਦੱਸੋ ਕਿ ਮਤਲਬ ਕਿੱਦਾਂ ਇਹਦਾ ਸਟੋਰੀ ਲਾਈਫ 'ਚ ਕੀ ਇਹ ਤੁਹਾਡੇ ਮਤਲਬ ਕਿੱਦਾਂ ਹੋਇਆ, ਥੋੜ੍ਹਾ ਜਿਹਾ ਮੈਨੂੰ ਦੱਸੋਗੇ ਕਿ ਇਹ ਗਾਣਾ ਕਿੱਦਾਂ ਮਤਲਬ ਲਿਖਿਆ ਗਿਆ, ਕਿੱਦਾਂ ਬੈਠੇ ਹੋਏ ਸੀਗੇ, ਥੋੜ੍ਹਾ ਜਿਹਾ ਇਹਦੇ ਬਾਰੇ ਡਿਸਕ੍ਰਾਈਬ ਕਰੋ। ਇਹ ਭਾਅ ਜੀ ਮੈਂ ਸੀਗਾ ਇੰਗਲੈਂਡ ਦੇ ਵਿੱਚ, ਅਤੇ ਇੰਗਲੈਂਡ ਜਦੋਂ ਮੈਂ ਸੀਗਾ ਅਤੇ ਮੈਨੂੰ ਮੇਰੀ ਲਾਈਫ ਦੇ ਵਿੱਚ ਉੱਥੇ ਕੋਈ ਮਤਲਬ ਮੇਰੀ ਲਾਈਫ ਦੇ ਵਿੱਚ ਆਇਆ, ਅਤੇ ਉਹ ਇਨਸਾਨ ਬਟ ਇਸ ਦੁਨੀਆ 'ਚ ਨਹੀਂ ਰਿਹਾ, ਅਤੇ ਉਹਦੇ ਲਈ ਇਹ ਗਾਣਾ ਗਾਇਆ, ਮਤਲਬ ਮੈਂ ਲਿਖਿਆ ਸੀਗਾ, ਬਟ ਉਹ ਇਨਸਾਨ ਹੀ ਨਹੀਂ ਇਸ ਦੁਨੀਆ 'ਚ ਰਿਹਾ, ਅਤੇ ਹੁਣ ਮੇਰੀ ਲਾਈਫ ਦੀ ਰੀਅਲ ਸਟੋਰੀ ਹੈ ਜੋ ਵੀ ਇਹ ਗਾਇਆ ਮੈਂ ਰੀਅਲ ਦਾ ਗਾਇਆ। ਸੋ ਦੋਸਤੋ ਆਪਾਂ ਕਰ ਰਹੇ ਹਾਂ ਜੀ ਲਾਸਟ ਸੀਕੁਐਂਸ, ਆਪਾਂ ਵੀ ਉੱਦਾਂ ਹੀ ਕੀਤਾ ਜਿੱਦਾਂ ਇਹਨਾਂ ਦੀ ਲਾਈਫ ਦਾ ਸੀਗਾ, ਅਤੇ ਆ ਜਾਓ ਦੋ ਲਾਈਨਾਂ ਇਹਨਾਂ 'ਤੇ ਮੂੰਹੋਂ ਸੁਣਦੇ ਹਾਂ ਜੀ ਅਰੁਣ ਜੀ ਦੇ। ਭਾਅ ਜੀ ਦੋ ਲਾਈਨਾਂ ਤੁਸੀਂ ਸੁਣਾਉਣੀਆਂ ਜੀ। ਤੂੰ ਹੀ ਮੇਰਾ ਦਿਲ, ਤੂੰ ਹੀ ਮੇਰੀ ਜਾਨ, ਤੇਰੇ ਬਿਨਾ ਚੰਗਾ ਨਹੀਂ ਹੋ ਲੱਗਦਾ ਜਹਾਨ। ਥੈਂਕ ਯੂ, ਥੈਂਕ ਯੂ ਸੋ ਮਚ ਇਧਰ ਹੈਪੀ ਭਾਈ।